ਲਗਾਤਾਰ ਭਾਰਤ ਵਿੱਚ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਨ੍ਹਾਂ 'ਚ ਵਿਦੇਸ਼ਾਂ 'ਚ ਰੋਜ਼ਗਾਰ ਦੀ ਤਲਾਸ਼ ਨੂੰ ਗਏ ਨੌਜਵਾਨ ਉੱਥੇ ਹੀ ਫਸ ਕੇ ਰਹਿ ਗਏ ਅਤੇ ਉਹਨਾਂ ਨੂੰ ਵਿਦੇਸ਼ਾਂ 'ਚ ਕੈਦੀਆਂ ਦੀ ਤਰ੍ਹਾਂ ਰੱਖਿਆ ਜਾਂਦਾ ਹੈ। ਕੁਝ ਅਜਿਹੇ ਹੀ 35 ਨੌਜਵਾਨਾਂ ਨੂੰ ਹੈਲਪਿੰਗ ਹੈੱਡ NGO ਦੀ ਪ੍ਰਧਾਨ ਅਮਨਜੀਤ ਕੌਰ ਰਾਮੂ ਵਾਲੀਆਂ ਨੇ ਰੈਸਕਿਊ ਕੀਤਾ ਹੈ, ਜਿਨ੍ਹਾਂ 'ਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਨੌਜਵਾਨ ਸ਼ਾਮਿਲ ਨੇ। ऐसा है, ये बच्चे सऊदी अरब से आए हैं, हमने इनको 12 तारीख को वापस बुलाया है। ये एक कंपनी में काम करते थे और वहाँ से इनको 4 महीने से कोई तनख्वाह नहीं मिली थी और वहाँ स्टक हो गए थे, एक ही कमरे में बैठे रहते थे। इनका जो वर्क परमिट था वो एक्सपायर हो गया था और इनको खाने को भी कुछ नहीं मिल रहा था। इसकी वजह से ये तकलीफ में थे और हमने इनको 15 दिन के अंदर वापस बुला लिया। अमनदीप सिंह नाम का एक लड़का हमारे पास आए थे इनकी फरमाइश लेके और हमने पूरे देश में 35 लोग ये स्टक थे, 35 लोग बुलाए हैं। आज 2 लोग पंजाबी थे, ये 2 पंजाबी आज आपके सामने हाजिर हैं। ਅਮਨਜੋਤ ਜੀ, ਇਹ ਜਿਹੜਾ ਦੇਖਣ ਨੂੰ ਆਉਂਦਾ ਕਿ ਮੋਹਾਲੀ ਤੇ ਚੰਡੀਗੜ੍ਹ ਇਸ ਚੀਜ਼ ਦੀ ਹੱਬ ਹੈਗੀ ਆ, ਇੱਥੇ ਇਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਹੈਗਾ, ਇੱਥੇ ਲੋਕਾਂ ਨੂੰ ਕਿਉਂ ਅਵੇਅਰ ਨਹੀਂ ਕੀਤਾ ਜਾਂਦਾ ਹੈਗਾ ਇਸ ਚੀਜ਼ ਬਾਰੇ? ਅਵੇਅਰ ਕਰਨ ਲਈ ਅਸੀਂ ਤਾਂ ਆਪਦੇ ਤੌਰ ਤੇ ਅਸੀਂ ਇੱਕ ਕੈਂਪ ਸ਼ੁਰੂ ਕਰ ਰਹੇ ਹਾਂ ਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਕਰਨ ਲੱਗੇ ਵੇ। ਦੂਜਾ ਜਿਹੜੇ ਹੈਗੇ ਆ ਕਿ ਸਰਕਾਰ ਨੂੰ ਇਹਦੇ ਲਈ ਸਖਤੀ ਕਰਨੀ ਚਾਹੀਦੀ ਆ, ਭਾਵੇਂ ਕਿ ਮੁੱਖ ਮੰਤਰੀ ਸਾਹਿਬ ਨੇ ਪਿੱਛੇ ਸੁਸ਼ਮਾ ਸਵਰਾਜ ਦੇ ਕਹਿਣ ਤੇ ਇੱਕ ਬਿਆਨ ਵੀ ਦਿੱਤਾ ਕਿ ਉਹਨਾਂ ਨੇ ਕਿਹਾ ਸਖਤੀ ਕਰੋ, ਪੁਲਿਸ ਨੂੰ ਆਰਡਰ ਵੀ ਕੀਤੇ ਹੈ, ਉਹਦੇ ਬਾਵਜੂਦ ਵੀ ਹਜੇ ਸਖਤੀ ਨਹੀਂ ਹੈ। ਹਜੇ ਤੱਕ ਵੀ ਲੋਕਾਂ ਨਾਲ ਠੱਗੀਆਂ ਹੁੰਦੀਆਂ, ਧੋਖੇ ਹੁੰਦੇ ਆ, ਬਾਹਰ ਲਿਜਾਣ ਦੇ ਨਾਂ ਤੇ ਪੈਸੇ ਲੁੱਟੇ ਜਾਂਦੇ ਆ ਔਰ ਜੋ ਬਾਹਰ ਜਾਂਦੇ ਵੀ ਆ ਉਹ ਵਿਦੇਸ਼ਾਂ ਦੇ ਵਿੱਚ ਰੁੱਲਦੇ ਆ, ਖਾਸ ਕਰਕੇ ਸਾਊਦੀ ਅਰੇਬੀਆ ਵਰਗੇ ਦੇਸ਼ਾਂ 'ਚ।